ਸਾਮਣੇ ਜਿਹੜਾ ਨਜ਼ਰ ਆ ਰਿਹਾ ਮੋਰਚਾ ਆਪਣਾ ਹੈਗਾ ਜੀ ਨਹੀਂ ਜੀ ਐਸਾ ਇੰਡੀਆ ਹੈਗਾ ਸਾਰਾ ਐਸਾ ਅਬ ਸਾਮਣੇ ਵੀ ਇੰਡੀਆ ਦਾ ਮੋਰਚਾ ਹੈਗਾ ਹਾਂ ਜੀ ਇਹ ਸਾਮਣੇ ਵੀ ਇੰਡੀਆ ਦਾ ਸਾਡਾ ਆਪਣਾ ਸਾਮਣੇ ਉਹ ਵੇਖਿਆ ਉਹ ਛਤੜੀ ਜੀ ਲੱਗੀ ਸਹੀ ਹੈ ਵੀ ਜਿਹੜਾ ਹੈ ਵੀ ਇੰਡੀਆ ਦਾ ਹੈਗਾ ਇੰਡੀਆ ਹੈ ਸਾਰਾ ਹੀ ਜਿੰਨਾ ਵੀ ਹੈ ਇੱਥੇ ਬਾਰਡਰ ਤੇ ਜਾ ਕੇ ਲੋਕਾਂ ਦੀ ਰਾਏ ਜਾਣੀ ਜਾਏ ਤਾਂ ਕਿ ਅਸੀਂ ਕਹਿੰਨੇ ਕਿ ਅਕਸਰ ਇੰਡੀਆ ਦੀ ਤਰਫੋਂ ਗੋਲਾਬਾਰੀ ਹੁੰਦੀ ਤੇ ਅਸੀਂ ਦੇਖਿਆ ਜਾਵੇ ਕਿ ਕਿਆ ਮਤਲਬ ਹੁੰਦੀ ਵੀ ਹੈਗੀ ਆ ਲੋਕ ਮਤਲਬ ਕੀ ਨਹੀਂ ਜੀ ਫਿਲਹਾਲ ਕੋਈ ਨਹੀਂ ਹੋ ਰਹੀ ਅਸੀਂ ਕਿਉਂ ਆਖੀਏ ਕਿਸੇ ਨੂੰ ਵੀ ਇਲਾਵਾ ਜੀ ਬਿਲਕੁਲ ਇਹ ਉਹਨਾਂ ਨੇ ਰਾਕ ਵੱਲੋਂ ਆਲੇ ਚਲਾਈਓ ਸਾਹਮਣੇ ਕਿਰਚਾ ਨਾ ਹੋਵੇ اچھا اچھا ਇਹ ਜਿਹੜਾ ਹੈਗਾ ਜੰਮੂ ਦਾ ਇਲਾਕਾ ਹੈਗਾ ਜੰਮੂ ਜਿਹੜਾ ਇੰਡੀਆ ਕੋ ਹੈਗਾ ਉਹਦਾ ਇਲਾਕਾ ਹੈ ਬਿਲਕੁਲ ਉਹਦਾ ਇਲਾਕਾ ਹੈਗਾ ਇਹ ਵੀ ਜਿਹੜਾ ਇਲਾਕਾ ਹੈਗਾ ਵੀ ਜੰਮੂ ਜੰਮੂ ਹੈਗਾ ਬਿਲਕੁਲ ਉਸੇ ਇਲਾਕੇ ਦਾ ਇਸ ਟਾਈਮ ਬਿਲਕੁਲ ਇੰਡੀਅਨ ਆਰਮੀ ਕੁਝ ਨਹੀਂ ਕਰਦੀਗੀ ਬਿਲਕੁਲ ਮਤਲਬ ਰਿਲੈਕਸ ਹੈਗੇ ਉਹ ਆਪਣੇ ਆਪਣੇ ਬੈਠੇ ਨੇ ਆਰਾਮ ਨਾਲ ਕੁਝ ਨਹੀਂ ਕਹਿ ਰਹੇ ਕਿਉਂਕਿ ਜੱਜੂ ਦੇਖੋ ਵੀ ਤੇ ਆਮ ਜਵਾਨ ਹੀ ਨੇ ਆਮ ਜਵੇਂ ਆਮ ਲੋਕ ਵੀ ਸਾਡੇ ਨਾਲ ਦੇ ਨੇ ਸਾਨੂੰ ਅਸੀਂ ਬਚ ਬਚਾ ਕੇ ਘਰ ਆਏ ਨੇ ਅਸੀਂ ਹੋਰ ਕੀ ਆਖਣਾ ਕਿਉਂਕਿ ਬਿਲਕੁਲ ਤੁਸੀਂ ਨਾਲ ਹੀ ਬੈਠੇ ਬਿਲਕੁਲ ਨਾਲ ਬੈਠੇ ਇਦੁਰ ਆਪਣੀ ਪਾਕਿਸਤਾਨ ਆਰਮੀ ਵੀ ਪਰਾ ਕਰ ਹਾਂਜੀ ਬਿਲਕੁਲ ਕਰਦੀ ਚਾਚੂ ਐ ਤੁਸੀਂ ਇੱਥੇ ਥੱਲੇ ਵਗੈਰਾ ਜਾਂਦੇ ਰਹਿੰਦੇ ਜੀ ਹਾਂਜੀ ਅੱਛਾ ਕੋਈ ਮਸਲਾ ਮਸਾਇਲ ਨਹੀਂ ਨਹੀਂ ਜੀ ਕੋਈ ਮਸਲਾ ਮਸਾਇਲ ਨਹੀਂ ਕਿਉਂਕਿ ਇੱਥੇ ਰੈਂਜਰ ਬੈਠੀ ਹੈ ਉਹਨਾਂ ਨੂੰ ਦੱਸੀਦਾ ਵੀ ਕਿਹੜੇ ਕੰਮ ਕਰਨਾ ਉਹਦੇ ਵਾਸਤੇ ਅਸੀਂ ਉਤਰ ਜਾਈਦਾ ਉਹਨਾਂ ਨੂੰ ਦੱਸ ਕੇ ਜੀ ਆ ਫਲਾਣਾ ਕੰਮ ਕਰਨਾ ਠੀਕ ਆ ਕਰਕੇ ਵਾਪਸ ਆ ਜਾਈਦਾ ਲੋਕ ਇਸ ਟਾਈਮ ਮੈਂ ਬਿਲਕੁਲ ਜੀ ਜਿਹੜੀ ਇਹ ਆਪਣੇ ਦਿਫਾ ਲਾਈਨ ਹੈਗੀ ਜੀ ਦਿਫਾ ਲਾਈਨ ਦੇ ਉੱਤੇ ਖੜਾ ਹੈ ਜੀ ਚਾਚੂ ਯਕੀਨ ਕਰੋ ਇੱਥੇ ਵੀਡੀਓ ਨਹੀਂ ਬਣਾਉਂਦੇ ਬੜੀ ਮੁਸ਼ਕਲਾਂ ਨਾਲ ਮੈਂ ਇੱਥੇ ਪਹੁੰਚਿਆ ਬਿਲਕੁਲ ਵਾਰੇ ਜੰਗਲੀ ਜਾਨਵਰ ਨਾ ਸਾਡੇ ਬਹੁਤ ਜ਼ਿਆਦਾ ਨਾ ਫਸਲ ਨਹੀਂ ਰਹਿਣ ਦਿੰਦੇ ਇਹ ਫਸਲ ਖਾਹ ੜੀਏ ਸਾਰੀ ਜਾਨਵਰ ਇਹ ਕਿਹੜੇ ਜਾਨਵਰ ਹੈ ਇੱਥੇ ਵਸੇ ਇੱਥੇ ਬਾਹਰ ਲਿਆ ਗਏ ਨਾ ਨੀਲਸਾਰ ਹੈਗੇ ਹਰਨ ਹੈਗੇ ਨਾ ਅੱਛਾ ਹਰਨ ਵੀ ਇੱਥੇ ਹੈ ਨਾ ਹਾਂਜੀ ਹੈਗੇ ਸਾਰੇ ਇੰਡੀਆ ਦਾ ਲੱਗਾ ਜੀ ਨਾ ਇਹ ਕਸ਼ਮੀਰ ਉਹ ਸਾਹਮਣੇ ਵਾਲੇ ਘਰ ਦਾ ਜ਼ਰਾ ਸਾਰੇ ਕਸ਼ਮੀਰ ਹੈਗੇ ਇੱਕ ਕਸ਼ਮੀਰ ਹੈਗੇ ਹਾਂਜੀ ਇਹ ਹਿੰਦਿਆ ਦੇ ਘਰ ਜੰਮੂ ਦੀ ਜਗ੍ਹਾ ਹੈਗੀ ਹਾਂਜੀ ਸਾਰਾ ਇੰਡੀਆ ਹੈਗਾ ਜੀ ਬਿਲਕੁਲ ਜੀ ਇੰਡੀਆ ਹੈਗਾ ਥੋੜਾ ਤੁਸੀਂ ਇਸ ਤਰਫ ਆਜੋ ਜੀ ਅੱਛਾ ਜਿਹੜੀ ਬਾਰ ਐ ਸਾਹਮਣੇ ਬਾਰ ਲੱਗੀ ਹੋਈ ਇਹ ਇੰਡੀਆ ਦੀ ਹੈਗੀ ਅੱਛਾ ਇੰਡੀਆ ਨੇ ਉੱਪਰਲੇ ਸਾਰ ਤੇ ਇੰਡੀਆ ਦੇ ਮੋਰਚੇ ਜੀ ਬਿਲਕੁਲ ਇੰਡੀਆ ਦੇ ਮੋਰਚੇ ਹੂੰ ਤੇ ਇਹ ਆਪਣੇ ਇਸ ਤਰਫ ਪਾਕਿਸਤਾਨ ਹੈਗਾ ਜੀ ਬਿਲਕੁਲ ਪਾਕਿਸਤਾਨ ਹੁਣ ਤੇ ਚਾਚੂ ਪੂਰ ਅਮਨ ਹੈਗਾ ਬਿਲਕੁਲ ਪੂਰ ਅਮਨ ਹੈ ਤੂੰ ਕੋਈ ਇੰਡੀਅਨ ਆਰਮੀ ਹੁਣ ਬਿਲਕੁਲ ਨਹੀਂ ਤੰਗ ਨਹੀਂ ਜੀ ਨਹੀਂ ਕੋਈ ਤੰਗ ਨਹੀਂ ਕਰ ਰਹੀ ਕਿਉਂਕਿ ਚਾਚੂ ਦੇਖਿਆ ਜਾਵੇ ਤੇ ਇਹ ਇੱਥੋਂ ਵੀ ਪੱਠੇ-ਪੁੱਠੇ ਕੱਟਦੇ ਜੀ ਹਾਂਜੀ ਬਿਲਕੁਲ ਕੱਟਨੇ ਆ ਹੂੰ ਹਾਂਜੀ ਤੇ ਮੋਵੈਸ਼ੀ ਵੀ ਵਗੈਰਾ ਤੁਹਾਡੇ ਇੱਥੇ ਬਿਲਕੁਲ ਉਹ ਵੀ ਚਾਰ ਦੇ ਚੋਰ ਦੇ ਲੋਕੀ ਇਸ ਟਾਈਮ ਮੈਂ ਬਿਲਕੁਲ ਜੀ ਜਿਹੜੀ ਇਹ ਆਪਣੇ ਦਫਾ ਲਾਇਨੇਗੀ ਜੀ ਦਫਾ ਲਾਇਨ ਦੇ ਉੱਤੇ ਖੜਾ ਹੈ ਜੀ ਚਾਚੂ ਯਕੀਨ ਕਰੋ ਇੱਥੇ ਵੀਡੀਓ ਨਹੀਂ ਬਣਾਉਂਦੇ ਬੜੀ ਮੁਸ਼ਕਿਲਾਂ ਨਾਲ ਮੈਂ ਇੱਥੇ ਪਹੁੰਚਿਆ ਬਿਲਕੁਲ ਸਹੀ ਲੋ ਜੀ ਇਹ ਮਤਲਬ ਇਹ ਲਾਸਟ گاਉ ਹੈ ਪਾਕਿਸਤਾਨ ਦਾ ਔਰ ਯਾ ਇਸ ਤਰਫ ਮਤਲਬ ਪਾਕਿਸਤਾਨ ਹੈ ਔਰ ਇਹ ਸਾਹਮਣੇ ਆਪਕੋ ਇੰਡੀਆ ਦਾ ਘਰ ਚਾਚੂ ਇਹ ਪਰਲੀ ਸਾਈਡ ਕਿਹੜਾ ਇਲਾਕਾ ਹੈਗਾ ਇਹ ਜੀ ਜੰਮੂ ਕਸ਼ਮੀਰ ਹੀ ਖਵਾਂਦਾ ਹੈਗਾ ਜੀ ਉਹ ਸਾਹਮਣੇ ਪਹਾੜ ਪੂਰ ਨਜ਼ਾਰਾ ਬਿਲਕੁਲ ਸਾਹਮਣੇ ਨਜ਼ਾਰ ਲੇਕਿਨ ਦੇਖਿਆ ਜਾਵੇ ਤਾਂ ਚਾਚੂ ਇਹ ਪੰਜਾਬ 'ਚ ਨਹੀਂ ਆਂਦਾ ਹੈਗਾ ਇਹ ਸਾਈਡ ਤੇ ਜਿੱਥੇ ਆਪਾਂ ਖੜੇ ਨਹੀਂ ਨਹੀਂ ਪੰਜਾਬ ਇਸ ਸਾਈਡ ਤੇ ਹੈਗਾ ਅੱਛਾ ਪੰਜਾਬ ਉਸ ਸਾਈਡ ਤੇ ਹਾਂਜੀ ਹਾਂਜੀ ਚਾਚੂ ਮੈਂ ਹੁਣੀ ਰੀਸੈਂਟਲੀ ਤਕਰੀਬਨ ਕੋਈ 4 ਦਿਨ ਪਹਿਲੇ ਕਸ਼ਮੀਰੋਂ ਵੀ ਕਵਰ ਕਰਕੇ ਆਇਆ ਹਾਂ ਲੋਸੀ ਵਗੈਰਾ ਤੇ ਮੈਂ ਹੁਣ ਉਹ ਬਾਰਡਰ ਦੇਖਦਾ ਪਿਆ ਸੀ ਤਾਂ ਕਿ ਜਿੱਥੇ ਬਾਰਡਰ ਤੇ ਜਾ ਕੇ ਲੋਕਾਂ ਦੀ ਰਾਏ ਜਾਣੀ ਜਾਏ ਤਾਂ ਕਿ ਅਸੀਂ ਕਹਿੰਨੇ ਕਿ ਅਕਸਰ ਇੰਡੀਆ ਦੀ ਤਰਫੋਂ ਗੋਲਾਬਾਰੀ ਹੁੰਦੀ ਤੇ ਅਸੀਂ ਦੇਖਿਆ ਜਾਵੇ ਕਿ ਕੀ ਮਤਲਬ ਹੁੰਦੀ ਵੀ ਹੈਗੀ ਆ ਲੋਕ ਮਤਲਬ ਕੀ ਹੈ ਨਹੀਂ ਜੀ ਫਿਲਹਾਲ ਕੋਈ ਨਹੀਂ ਹੋ ਰਹੀ ਅਸੀਂ ਕਿਉਂ ਆਖੀਏ ਕਿਸੇ ਨੂੰ ਵੀ ਲਾਵਾ ਜਤੋਂ ਬਿਲਕੁਲ ਇਹ ਉਹਨਾਂ ਨੇ ਰਾਕਾ ਵਾਇਆ ਵੇਖੋ ਸਾਹਮਣੇ ਉਹਨਾਂ ਦਾ ਉਹਨਾਂ ਨਾਲ ਚਲਾਈਓ ਸਾਹਮਣੇ ਉਹਨਾਂ ਦਾ ਇਲਾਕਾ ਸਾਰਾ ਹੈ ਸਾਹਮਣੇ ਜਿਹੜਾ ਬਿਲਕੁਲ ਹੈ ਬਿਲਕੁਲ ਸਾਹਮਣੇ ਹਾਂਜੀ ਇਹ ਸਾਹਮਣੇ ਉਹਨਾਂ ਦੇ ਮੋਰਚੇ ਜਿੰਨੇ ਵੀ ਹੈਗੇ ਤੁਹਾਡੇ ਸਾਹਮਣੇ ਇੰਡੀਅਨ ਮੋਰਚੇ ਬਿਲਕੁਲ ਇੰਡੀਆ ਦੇ ਮੋਰਚੇ ਤੇ ਚਾਚੂ ਉਹਨਾਂ ਦੇ ਲੋਕ ਵਗੈਰਾ ਆਉਂਦੇ ਨੇ ਇਧਰ ਤੋਂ ਬਾੜ ਬੂੜ ਤੋਂ ਇਧਰ ਮਤਲਬ ਉਹ ਸਾਹਮਣੇ ਕਰਨ ਆਉਂਦੇ ਨੇ ਖੇਤੀਬਾੜੀ ਸਰ ਇੱਧਰ ਖੇਤੀਬਾੜੀ ਇੱਧਰ ਜ਼ਮੀਨ ਹੀ ਨਹੀਂ ਹੈਗੀ ਸਾਹਮਣੇ ਤੇ ਇੱਥੇ ਖੇਤੀਬਾੜੀ ਅਸੀਂ ਕੀ ਦੇਖਸੀਏ ਤੁਹਾਨੂੰ ਕਿਉਂਕਿ ਸਾਡੇ ਸਾਹਮਣੇ ਜ਼ਮੀਨ ਹੋਇਆ ਸੀ ਦਸੀਆ ਕਿ ਇੱਥੇ ਆਂਦੇ ਨੇ ਇੰਜ ਅਸੀਂ ਕੁਝ ਨਹੀਂ ਕਹਿ ਸਕਦੇ ਮਤਲਬ ਉਹਨਾਂ ਦੇ ਲੋਕ ਵਗੈਰਾ ਆਂ ਆਂਦੇ ਨੇ ਇੱਧਰ ਕਿ ਨਹੀਂ ਜਵੇਂ ਆਪਾਂ ਹੁਣ ਇਸ ਟਾਈਮ ਖੜੇ ਹੋਇਆ ਦਫਾ ਦੇ ਦੇਖੋ ਉਹ ਮਾਲ-ਛਾਲ ਜਦੋਂ ਲੈ ਕੇ ਆਂਦੇ ਨੇ ਆ ਦੁ ਆਂਦੇ ਨੇ ਇੱਥੇ ਜੰਗਲ ਚ ਥੱਲੇ ਜ਼ਮੀਨਾਂ ਸਾਹਮਣੇ ਸਭ ਜ ਲੱਭ ਰਹੀਆਂ ਉੱਥੇ ਸਾਰਾ ਕੁਝ ਕਰਦੇ ਨੇ ਆਪਣਾ ਹਾਂ ਐ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਮੋਰਚਾ ਆਪਣਾ ਹੈਗਾ ਜੀ ਨਹੀਂ ਐਸਾ ਇੰਡੀਆ ਹੈਗਾ ਸਾਰਾ ਐਸਾ ਅਬ ਸਾਹਮਣੇ ਵੀ ਇੰਡੀਆ ਦਾ ਮੋਰਚਾ ਹੈਗਾ ਹਾਂ ਜੀ ਇਹ ਸਾਹਮਣੇ ਵੀ ਇੰਡੀਆ ਦਾ ਸਾਡਾ ਆਪਣਾ ਸਾਹਮਣੇ ਉਹ ਵੇਖਿਆ ਉਹ ਛਤੜੀ ਜੀ ਲੱਗੀ ਸਹੀ ਐ ਵੀ ਜਿਹੜਾ ਹੈ ਵੀ ਇੰਡੀਆ ਦਾ ਹੈਗਾ ਇੰਡੀਆ ਸਾਰਾ ਹੀ ਜਿੰਨਾ ਵੀ ਹੈ ਇਹ ਲੱਕਾ ਵਾਇਆ ਸਾਰੇ ਇੰਡੀਆ ਨੇ ਵਾਇਆ ਹੂੰ ਇਹ ਇਹ ਜਗਾ ਜਿਹੜੀ ਹੈਗੀ ਹੈ ਆਪਣੇ ਪਾਕਿਸਤਾਨ ਦੀ ਜਗਾ ਹੈ ਇਹ ਬਿਲਕੁਲ ਪਾਕਿਸਤਾਨੀ ਜਗਾ ਐਸ ਤੋਂ ਥੋੜਾ ਕਿੰਨੇ ਚਾਚੂ ਕਿੰਨੀ ਕਿੰਨੇ ਮੀਟਰ ਹੋਈਗੀ ਇਹ ਜਗਾ ਇਹ ਤਕਰੀਬਨ ਜੀ 3-4 ਏਕੜ ਹੋਣੀ ਆ ਜੀ ਮੀਟਰ ਨਹੀਂ ਹੋਣੀ ਏਕੜ ਏਕੜ ਤੋਂ ਪੜਾ ਜਿਹੜਾ ਇੰਡੀਆ ਹੈ ਹਾਂਜੀ ਬਿਲਕੁਲ ਇੰਡੀਆ ਚਾਚੂ ਇਹ ਤੁਸੀਂ ਇੱਥੇ ਥੱਲੇ ਵਗੈਰਾ ਜਾਂਦੇ ਰਹਿੰਦੇ ਜੀ ਹਾਂਜੀ ਅੱਛਾ ਕੋਈ ਮਸਲਾ ਮਸਾਇਲ ਨਹੀਂ ਨਹੀਂ ਜੀ ਕੋਈ ਮਸਲਾ ਮਸਾਇਲ ਨਹੀਂ ਕਿਉਂਕਿ ਇੱਥੇ ਰੇਂਜਰ ਬੈਠੀ ਹੈ ਉਹਨਾਂ ਨੂੰ ਦੱਸੀਦਾ ਵੀ ਕਿਹੜੇ ਕੰਮ ਕਰਨਾ ਉਹਦੇ ਵਾਸਤੇ ਅਸੀਂ ਉਤਰ ਜਾਈਏ ਉਹਨਾਂ ਨੂੰ ਦੱਸ ਕੇ ਜੀ ਆ ਫਲਾਣਾ ਕੰਮ ਕਰਨਾ ਠੀਕ ਆ ਕਰਕੇ ਵਾਪਸ ਆ ਜਾਈਏ वो चाचू जो देखे जावे तो बिल्कुल सामने ही मोरचा है तो बहुत करीब है गए हां जी बिल्कुल वेल करीब है सही तो हो गया ये आपको सामने ये बिल्कुल नजर आ रहा होगा ये बिल्कुल इंडियन मोर्चे नजर आ रहे हैं और जिस तरफ ये आबादी इंडिया की नजर आ रही है चाचू ए इस तो किस तरफ पंजाब है गए तो पंजाब है साइड ਅੱਛਾ ਪੰਜ ਇਹ ਸਾਹਮਣੇ ਪੰਜਾਬ ਹੈਗਾ ਇਹ ਆਪਾਂ ਜਿਹੜੇ ਏਰੀਆ 'ਚ ਖੜੇ ਵੀ ਕਸ਼ਮੀਰ ਦਾ ਏਰੀਆ ਹਾਂਜੀ ਇਹ ਕਸ਼ਮੀਰ ਏਰੀਆ ਸਾਰੇ ਲੇਕਿਨ ਚਾਚੂ ਦੇਖਿਆ ਜਾਵੇ ਤਾਂ ਕਸ਼ਮੀਰ ਤੋਂ ਬਹੁਤ ਦੂਰ ਨਹੀਂ ਆ ਜਾਂਦਾ ਸਰ ਲੇਕਿਨ ਇਲਾਕਾ ਕਸ਼ਮੀਰ 'ਚ ਆਣਾ ਹੋਵੇ ਅੱਛਾ ਅੱਛਾ ਇਹ ਇਹ ਜਿਹੜਾ ਹੈਗਾ ਜੰਮੂ ਦਾ ਇਲਾਕਾ ਹੈਗਾ ਜੰਮੂ ਜਿਹੜਾ ਇੰਡੀਆ ਕੋ ਹੈਗਾ ਉਹਦਾ ਇਲਾਕਾ ਬਿਲਕੁਲ ਉਹਦਾ ਇਲਾਕਾ ਹੈਗਾ ਇਹ ਵੀ ਜਿਹੜਾ ਇਲਾਕਾ ਹੈਗਾ ਇਹ ਵੀ ਜੰਮੂ ਜੰਮੂ ਹੈਗਾ ਬਿਲਕੁਲ ਉਸੇ ਇਲਾਕੇ ਦਾ ਸਾਰਾ ਹਿੱਸਾ ਹੈ ਤੇ ਐ ਚਾਚੂ ਜਿਹੜੇ ਐ ਸਾਹਮਣੇ ਜਿਹੜਾ ਜਾ ਰਿਹਾ ਵਸੇ ਇਸ ਜਗ੍ਹਾ ਦਾ ਨਾਮ ਕੀ ਹੈਗਾ ਕੋਈ ਜਗ੍ਹਾ ਦਾ ਪਤਾ ਹੈ ਇਹ ਆ ਨਾਂ ਨਹੀਂ ਹਮ मतलब ਇਹ ਇਲਾਕਾ ਪਤਾ ਹੈਗਾ ਕਸ਼ਮੀਰ ਜੰਮੂ ਦਾ ਇਲਾਕਾ ਹਾਂਜੀ ਹਾਂਜੀ ਕਸ਼ਮੀਰ ਜੰਮੂ ਦਾ ਇਲਾਕਾ ਇੱਥੇ ਇੱਕ ਨੰਬਰ ਬੁਤੀ ਖਵਾਂਦੀ ਆ ਪਰਾਂ ਤੇ ਉੱਥੋਂ ਪੰਜਾਬ ਸ਼ੁਰੂ ਹੋ ਜਾਂਦੀ ਆ ਅੱਛਾ ਪੰਜਾਬ ਪਰਲੀ ਸਾਈਡ ਤੋਂ ਸ਼ੁਰੂ ਹੁੰਦਾ ਹੈ ਹਾਂਜੀ ਹਾਂਜੀ ਸਾਵੇ ਦੰੂ ਚਲਾਗਾ ਇੱਥੇ ਸਾਹਮਣੇ ਇਹਨਾਂ ਦਾ ਕਠੂਆ ਲੱਗਦਾ ਸਾਹਮਣੇ ਐ ਸੈਟ ਹੋਰ ਚਾਚੂ ਕੁਝ ਦੱਸੋ ਕੋਈ ਇੱਥੇ ਇਸ ਜਗ੍ਹਾ ਦੇ ਬਾਰੇ ਸ਼ੇ ਕੋਈ ਤੁਹਾਡੇ ਮਤਲਬ ਤੁਸੀਂ ਤੇ ਪੁਰਾਣੇ ਹੈਗਾ ਜੇ ਕੋਈ ਇਸ ਜਗ੍ਹਾ ਦੇ ਬਾਰੇ ਇਹ ਇਹ ਹੁੰਦਾ ਸੀ ਜੇ ਆ ਤੇ ਪੁਰਾਣੇ ਹੈ 50 60 ਸਾਲ ਉਮਰ ਹੋਈ ਪਈ ਸਾਡੇ ਵੀ ਲੇਕਿਨ ਇਹ ਬਾਰਡਰ ਤੇ ਜੋ ਫਾਇਰ ਸ਼ਹਿਰ ਹੁੰਦਾ ਤੁਹਾਨੂੰ ਪਤਾ ਹੀ ਹੋ ਤੇ ਜਦੋਂ ਹੁੰਦਾ ਸਾਰੇ ਪਤਾ ਲੱਗ ਜਾਂਦਾ ਵੀ ਫਾਇਰ ਸ਼ੁਰੂ ਹੋ ਗਿਆ ਚਾਚੂ ਦੱਸੋ ਤੁਸੀਂ ਮਤਲਬ ਵੈਸੇ ਮਤਲਬ ਇੰਡੀਅਨ ਪਬਲਿਕ ਦਾ ਤੇ ਆਪਸ ਜਿਵੇਂ ਲੋਕ ਹੈਗਾ ਲੋਕਾਂ ਦਾ ਤੇ ਆਪਸ ਵਿੱਚ ਕੋਈ ਮਤਲਬ ਇਖਲਾਫਾਤ ਨਹੀਂ ਹੈਗਾ ਜਿਵੇਂ ਤੁਹਾਨੂੰ ਮਸਲਾ ਸਾਡਾ ਕੀ ਆ ਲੇਕਿਨ ਅਸੀਂ ਉਹਨਾਂ ਨੂੰ ਲੱਗੇ ਹੋਈਏ ਕਿ ਕਿਸੇ ਦੇ ਸਾਨੂੰ ਕੋਈ ਮਸਲਾ ਹੋਏ ਨਾ ਜੋ ਤੋਂ ਉਹਨਾਂ ਸਾਡੇ ਲੱਗ ਨਹੀਂ ਆ ਅਸੀਂ ਅਸੀਂ ਉਹਨਾਂ ਦੇ ਲੱਗੇ ਨਹੀਂ ਜਾਣਾ ਸਾਨੂੰ ਕੀ ਮਸਲਾ ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਜਿਹੜੇ ਮਸਲੇ ਹੱਲ ਖਤਮ ਹੋਣ ਤਾਂ ਕਿ ਕੋਈ ਡਰ ਨਾ ਬਚੇ ਇੱਥੇ ਡਰ ਤੇ ਲੱਗਦਾ ਹੀ ਹੈਗਾ ਜਿੱਦੋਂ ਅਸੀਂ ਖੜੇ ਹੋਵਾਂਗੇ ਰਾਤ ਨੂੰ ਕੰਮ-ਕਮ ਕਰਦੇ ਹੋਗੇ ਕਿ ਨਹੀਂ ਸਾਰਾ ਡਰ ਤੇ ਤੁਹਾਨੂੰ ਪਤਾ ਆਂਦਾ ਹੀ ਆ ਜਾਨ ਆਰ ਬੰਦੇ ਨੂੰ ਆਪਣੀ ਆਪਣੀ ਪਿਆਰੀ ਹੁੰਦੀ ਹੈ ਤੇ ਉਹ ਕੋਈ ਮਸਲਾ ਨਹੀਂ ਕਿੰਨੇ ਵੇ ਤੋਂ ਬਾਅਦ ਚਾਚੂ ਇੱਥੇ ਤੁਸੀਂ ਨਹੀਂ ਆ ਸਕਦੇ ਕਿ ਇਸ ਰਾਤ ਨੂੰ ਵੀ ਆ ਨਹੀਂ ਸਾਰਾ ਹੀ ਆ ਸਕਦੇ ਕੋਈ ਮਸਲਾ ਨਹੀਂ ਰੈਂਜਰ ਨੂੰ ਦੱਸਣਿਆ ਵੀ ਸਾਨੂੰ ਇਹ ਮਜਬੂਰੀ ਹੈ ਕਿ ਇਸ ਟਾਈਮ ਬਿਲਕੁਲ ਇੰਡੀਅਨ ਆਰਮੀ ਕੁਝ ਨਹੀਂ ਕਰਦੀਗੀ ਬਿਲਕੁਲ ਮਤਲਬ ਰਿਲੈਕਸ ਹੈਗੇ ਉਹ ਆਪਣੇ ਆਪਣੇ ਬੈਠੇ ਨੇ ਰਾਮ ਨਾਲ ਕੁਝ ਨਹੀਂ ਕਹਿ ਰਹੇ ਕਿਉਂਕਿ ਚਾਚੂ ਦੇਖੋ ਵੀ ਤੇ ਆਮ ਜਵਾਨ ਹੀ ਨੇ ਆਮ ਜਵੇਂ ਆਮ ਲੋਕ ਵੀ ਸਾਡੇ ਨਾਲ ਦੇ ਨਾ ਹਾਂ ਬਿਲਕੁਲ ਠੀਕ ਨਾ ਐ ਚਾਚੂ ਕੀ ਬੀਜਿਆ ਐ ਸਾਹਮਣੇ ਉਹ ਸਾਹਮਣੇ ਪਾਰੇ ਜਿਹੜੀ ਐ ਨਾ ਸਰੋਂ ਵੀਜੀ ਆ ਔਰ ਇੱਕ ਗੰਧਮ ਵੀਜੀ ਆ ਤੱਪੜ ਦੇ ਅੰਦਰ ਅੰਦਰ ਗੰਧਮ ਐ ਗੰਧਮ ਐ ਤੇ ਪਰੇ ਜਿਹੜੀ ਐ ਸਰੋਂ ਵੀਜੀ ਆ ਹੂੰ ਤੇ ਜਾਨਵਾਰਾਂ ਦੀ ਵਜ੍ਹਾ ਤੋਂ ਇਹ ਇਲਾਕਾ ਸਾਰਾ ਸਾਡਾ ਬਰਾਂਡ ਹੋ ਗਿਆ ਕਿਹਦੀ ਵਜ੍ਹਾ ਤੋਂ ਜਾਨਵਾਰ ਜੰਗਲੀ ਜਾਨਵਰ ਨਾ ਸਾਡੇ ਬਹੁਤ ਜ਼ਿਆਦਾ ਨੇ ਫਸਲ ਨਹੀਂ ਰਹਿਣ ਦਿੰਦੇ ਇਹ ਫਸਲ ਖਾਹ ਢੀ ਸਾਰੀ ਜਾਨਵਰ ਇਹ ਕਿਹੜੇ ਜਾਨਵਰ ਹੈ ਇੱਥੇ ਵਸੇ ਇੱਥੇ ਬਾਹਰ ਲਿਆ ਗਏ ਨੇ ਨੀਲਸਾਰ ਹੈਗੇ ਆ ਹਰਨ ਹੈਗੇ ਨਾ ਅੱਛਾ ਹਰਨ ਵੀ ਇੱਥੇ ਆ ਹੈ ਨਾ ਹਾਂਜੀ ਹੈਗੇ ਹੂੰ ਆ ਜਨਵਾਰ ਜਿਹੜੇ ਨਾ ਬਿਲਕੁਲ ਸਾਡਾ ਨੁਕਸਾਨ ਕਰ ਰਹੇ ਨੇ ਹੂੰ ਉਸ ਵੇਲੇ ਤੋਂ ਇਹ ਮਤਲਬ ਹੈ ਫਸਲ ਖਤਮ ਹੋ ਗਈ ਹੈ ਹਾਂਜੀ ਬਿਲਕੁਲ ਹੂੰ ਚਾਚੂ ਹੋਰ ਇਥੋਂ ਕਿੱਥੋਂ ਤੱਕ ਰੱਗੇ ਤੱਕ ਜਾ ਸਕਦੇ ਆ ਕਿ ਦੇਖਣ ਵਾਸਤੇ ਸਾਰੇ ਅੱਗੇ ਚੌਕੀ ਹੈਗੀ ਹੈ ਚੌਕੀ ਤੱਕ ਜਾ ਸਕਦੇ ਅੱਛਾ ਚੌਕੀ ਤੱਕ ਹਾਂਜੀ ਅੱਗੇ ਚੌਕੀ ਤੇ ਜਾ ਸਕਦੇ ਤੁਸੀਂ ਬਿਲਕੁਲ ਅੱਗੇ ਵੀ ਚੌਕੀ ਹੈ ਨਾਲੇ ਕੰਡੇ ਉੱਥੇ ਵੀ ਨਾਲਿਓਂ ਪਾਰ ਵੀ ਚੌਕੀ ਹੈ ਉੱਥੇ ਵੀ ਜਾ ਸਕਦੇ ਹਾਂਜੀ ਜਿੱਥੇ ਮਰਜੀ ਜਾ ਸਕਦੇ ਅਸਲਾਮੁਅਲੈਕੁਮ ਵਅਲੈਕੁਮ ਸਲਾਮ ਚਾਚੂ ਕੀ ਨਾਮ ਹੈਗਾ ਜੀ ਮੁਹੰਮਦ ਆਰਫ ਤੁਹਾਡਾ ਕੀ ਨਾਮ ਹੈਗਾ ਪਾਇਲ ਜ਼ਾਹਰ ਅਕਬਲ ਜੀ ਚਾਚੂ ਇਹ ਕਿਹੜੀ ਜਗ੍ਹਾ ਜਗ੍ਹਾ ਦਾ ਨਾਮ ਕੀ ਹੈਗਾ ਪਿਆਲ ਡੋਗਰ ਇਹ ਪਰਲੀ ਸਾਈਡ ਤੇ ਇੰਡੀਆ ਹੈਗਾ ਜੀ ਇੰਡੀਆ ਹੈਗਾ ਜੀ ਕੋਈ ਰਿਸ਼ਤੇਦਾਰ ਪਰਾ ਰਹਿੰਦੇ ਕੋਈ ਨਹੀਂ ਨਹੀਂ ਜੀ ਕੋਈ ਨਹੀਂ ਅੱਛਾ ਚਾਚੂ ਦੱਸੋ ਤੁਹਾਡੀ ਪਹਿਲੀ ਬਿਲਕੁਲ ਨਾਲ ਹੈਗੀ ਕੋਈ ਕਦੀ ਇੰਡੀਅਨ ਆਰਮੀ ਦੀ ਤਰਫੋਂ ਪਹਿਲੇ ਜਾਂ ਹੁਣ ਕਦੀ ਸ਼ੈਲਿੰਗ ਵਗੈਰਾ ਜਾਂ ਕੋਈ ਗੋਲਾ ਬਾਰੀ ਹੁੰਦੀ ਹੋਵੇ ਗੋਲਾਵਾਰੀ ਤੇ ਜੀ ਹੁੰਦੀ ਰਹਦੀ ਆ ਜਦੋਂ ਹੁੰਦੀ ਆ ਪਹਿਲੀ ਨਹੀਂ ਡਿੱਗੇ ਲੇਕਨ ਸਾਡੇ ਹੁੰਦੇ ਵੀ ਹੋਈ ਆ ਲੇਕਨ ਸਾਨੂੰ ਅਸੀਂ ਬਚ ਬਚਾ ਕੇ ਘਰ ਆ ਜਿੰਨੇ ਆ ਅਸੀਂ ਹੋਰ ਕੀ ਆਖਣਾ ਕਿਉਂਕਿ ਬਿਲਕੁਲ ਤੁਸੀਂ ਨਾਲ ਹੀ ਬੈਠੇ ਬਿਲਕੁਲ ਨਾਲ ਬੈਠੇ ਤੇ ਗੋਲਾਬਾਰੀ ਕਿੰਨੀ ਦੇਰ ਪਹਿਲੇ ਬੰਦ ਹੋਈ ਮੈਨੂੰ ਲੱਗਦਾ ਹੁਣ ਤੇ ਆਮਾ ਨਹੀਂ ਗਏ ਹਾਂਜੀ ਉਹ ਹੋ ਗਿਆ ਕੋ 4-5 ਸਾਲ ਦੀ ਉਸ ਤੋਂ ਪਹਿਲੇ ਹੁੰਦੀ ਸੀ ਹੁੰਦੀ ਸੀ ਇਧਰ ਆਪਣੀ ਪਾਕਿਸਤਾਨ ਆਰਮੀ ਵੀ ਪਰ ਕਰਦੀ ਸੀ ਹਾਂਜੀ ਬਿਲਕੁਲ ਕਰਦੀ ਸੀ ਹੂੰ ਤੇ ਚਾਚੂ ਤੁਸੀਂ ਉਹਨਾਂ ਦੇ ਲੋਕਾਂ ਦੇ ਬਾਰੇ ਵਿੱਚ ਕੀ ਸੋਚਦੇ ਜੀ ਇੰਡੀਅਨ ਦੇ ਬਾਰੇ ਵਿੱਚ ਅਸੀਂ ਜੀ ਉਹਨਾਂ ਦੇ ਬਾਰੇ ਵਿੱਚ ਕੀ ਸੋਚਣਾ ਜੀ ਉਹਨਾਂ ਦੀ ਹਕੂਮਤਾਂ ਸੋਚਣਾ ਅਸੀਂ ਆਪਣੀਆਂ ਹਕੂਮਤਾਂ ਦੇ ਸਾਡਾ ਸੋਚਣਾ ਪਬਲਿਕ ਲੋਕਾਂ ਦੇ ਬਾਰੇ ਵਿੱਚ ਕਿਉਂਕਿ ਤੁਹਾਨੂੰ ਲੋਕਾਂ ਨਾਲ ਤੇ ਮਸਲਾ ਨਹੀਂ ਨਾ ਹੈਗਾ ਨਹੀਂ ਜੀ ਲੋਕਾਂ ਦਾ ਉਹਨਾਂ ਦਾ ਸਬ ਉਹਨਾਂ ਨਾਲ ਕੀ ਸੋਚੀ ਹੈ ਅਸੀਂ ਉਹਨਾਂ ਦਾ ਸਾਨੂੰ ਕੀ ਪਤਾ ਉਹਨਾਂ ਇਲਾਕੇ ਦਾ ਕੀ ਹਾਲ ਹੈ ਕੀ ਹੂੰ ਤਾਂ ਤੁਸੀ ਕਿਹੜੀ ਮਤਲਬ ਇੱਥੇ ਕੀ ਬੀਜਦੇ ਜੇ ਇਸ ਇਲਾਕੇ ਚ ਕੀ ਹੁੰਦਾ ਹੈਗਾ ਮੂੰਗੀ ਹੁੰਦੀ ਹੈ ਕਣਕ ਹੁੰਦੀ ਹੈ ਪੱਠੇ ਦੱਥੇ ਹੁੰਦੇ ਨੇ ਹੋਰ ਕੀ ਹੁੰਦਾ ਹੂੰ ਕੁਛ ਹਾਂਜੀ ਅਸੀਂ ਕੀ ਤੁਸੀਂ ਵੀ ਇਸ ਜਗ੍ਹਾ ਦੇ ਗਏ ਜੀ ਹਾਂਜੀ ਅਸੀਂ ਪਿਹਾਲ ਡੋਕਰ ਦੇ ਜੀ ਇਹ ਜਿਹੜੀ ਹੈ ਜਗ੍ਹਾ ਹੈਗੀ ਜੀ ਹਾਂਜੀ ਇਹ ਸਾਡੀ ਜ਼ਮੀਨ ਕਿੱਥੇ ਹੈਗੀ ਜ਼ਮੀਨ ਸਾਡੀ ਥੱਲੇ ਆ ਜੀ ਅੱਛਾ ਥੱਲੇ ਹੈਗੀ ਹੈ ਜੀ ਸਹੀ ਹੋ ਗਿਆ ਤੇ ਮਤਲਬ ਗੋਲਾਬਾਰੀ ਜਦੋਂ ਹੁੰਦੀ ਸੀ ਉਹ ਤੁਸੀਂ ਆਪਣੀ ਅੱਖਾਂ ਨਾਲ ਕਦੀ ਹੁੰਦੀ ਦੇਖੀ ਹੈਂ ਹਾਂਜੀ ਬਿਲਕੁਲ ਵੇਖੀ ਹੈ ਜੀ ਤੇ ਕੀ ਕਰਦੇ ਸੀ ਉਦੋਂ ਮੋਬੈਲ ਸ਼ੀਟ ਅੰਦਰ ਬੜ ਬੁੜੀਆਂ ਦੇ ਹੀ ਡੰਗਰ ਵੀ ਅੰਦਰ ਬਾੜ ਸ਼ੀਟ ਦੇ ਹੀ ਜਿਹੜੇ ਗੋਲਾ ਵਾਲੀ ਹੱਟਦੀ ਸੀ ਤੇ ਲੈ ਕੇ ਅੱਗੇ ਚੱਲੇ ਜਾਂਦੇ ਸੀ ਹੂੰ ਹੁਣ ਤੇ ਅਮਾਂ ਨਹੀਂ ਗਏ ਕਿਹੜੀ ਗਵਰਨਮੈਂਟ ਆਈ ਜਿਹਦੀ ਵਜ੍ਹਾ ਤੋਂ ਅਮਾਂ ਨਹੀਂ ਗਾ ਹੁਣ ਇਮਰਾਨ ਖਾਨ ਜੀ ਇਮਰਾਨ ਖਾਨ ਨੇ ਆ ਕੇ ਬੰਦ ਕਰਈ ਉਸ ਤੋਂ ਪਹਿਲੇ ਹੁੰਦੀ ਰਹੀ ਹਾਂਜੀ ਪਹਿਲੇ ਹੁੰਦੀ ਰਹੀ ਹੂੰ ਕੁਛ हां जी असी की जी। ਤੁਸੀਂ ਵੀ ਇਸ ਜਗ੍ਹਾ ਦੇ ਹੀ ਗਏ ਜੀ। ਹਾਂ ਜੀ ਅਸੀਂ ਪਿਹਾਲ ਡੋਕਰ ਦੇ ਜੀ। ਇਹ ਜਿਹੜੀ ਹੈ ਜਗ੍ਹਾ ਹੈਗੀ। ਜੀ ਹਾਂ ਜੀ ਇਹ ਤੁਹਾਡੀ ਜ਼ਮੀਨ ਕਿੱਥੇ ਹੈਗੀ? ਜ਼ਮੀਨ ਸਾਡੀ ਥੱਲੇ ਹੈ ਜੀ। ਅੱਛਾ ਥੱਲੇ ਹੈਗੀ ਹੈ। ਜੀ। ਸਹੀ ਹੋ ਗਿਆ। ਤਾਂ ਮਤਲਬ ਬੋ ਗੋਲਾ ਬਾਰਿਸ਼ ਜਦੋਂ ਹੁੰਦੀ ਸੀ ਤਾਂ ਤੁਸੀਂ ਆਪਣੀ ਅੱਖਾਂ ਨਾਲ ਕਦੀ ਹੁੰਦੀ ਦੇਖੀ ਹੈਗੀ? ਹਾਂ ਜੀ ਬਿਲਕੁਲ ਵੇਖੀ ਹੈ ਜੀ। ਤੇ ਕੀ ਕਰਦੇ ਸੀ ਉਦੋਂ ਮੋਬੈਸ਼ੀਂ? ਅੰਦਰ ਬਾੜ ਬੂੜ ਜਾਂਦੇ ਸੀ, ਡੰਗਰ ਵੀ ਅੰਦਰ ਬਾੜ ਛੜਦੇ ਸੀ। ਜਿਹੜੇ ਗੋਲ ਵਾਲੀ ਛੜਦੀ ਸੀ ਤੇ ਲੈ ਕੇ ਅੱਗੇ ਚੱਲੇ ਜਾਂਦੇ ਸੀ। ਹੂੰ। ਹੁਣ ਤੇ ਅਮਾ ਨਹੀਂ ਗਏ। ਕਿਹੜੀ ਗਵਰਨਮੈਂਟ ਆ ਇਮਰਾਨ ਖਾਨ ਜੀ ਇਮਰਾਨ ਖਾਨ ਨੇ ਆ ਕੇ ਬੰਦ ਕਰਈ ਉਸ ਤੋਂ ਪਹਿਲੇ ਹੁੰਦੀ ਰਹੀ ਹਾਂਜੀ ਪਹਿਲੇ ਹੁੰਦੀ ਰਹੀ